ਹਾਂ ਜੀ ਆਹ ਸਾਹਿਬ ਫਿਲਮ ਦੇ ਬਾਰੇ ਜਾਂ ਆਪਣੇ ਤਾਸਰਾ ਤੋਂ ਬਿਆਨ ਕਰੋ ਹਾਂ ਜ਼ਰਾ ਕੋਣ ਹੋਣੇ ਚਾਹੀਦੇ ਬਿਆਨ ਕੈਮਰਾ ਹੁਣ ਤੁਹਾਡੇ ਤੇ ਰੱਖਾ ਮੇਰੇ ਤੇ ਕੈਮਰਾ ਤੇ ਤਸਵੀਰ ਸਹੀ ਨਹੀਂ ਆ ਰਹੀ ਤਸਵੀਰ ਲਾਈਟ ਬਹੁਤ ਨਾ ਥੋੜੀ ਚਲੋ ਇਧਰੋਂ ਮੈਂ ਲਾਈਟ ਹੁਣ ਜ਼ਰਾ ਸਾਫ ਹੋ ਗਿਆ ਅੱਛਾ ਜੀ ਨਹੀਂ ਕੋਈ ਫਰਕ ਨਹੀਂ ਪਿਆ ਜੀ ਉਹ ਤੁਹਾਡੀ ਅਸਲ ਚ ਚਮਕ ਜ਼ਿਆਦਾ ਹੈ ਨਾ ਅੱਲਾ ਦੇ ਬੰਦੇ ਉਹ ਰਿਫਲੈਕਟ ਹੁੰਦੀ ਪਈ ਰੋਸ਼ਨੀ ਦੱਸੋ ਜੀ ਗੱਲ ਇਹ ਹੈ ਅੱਛਾ ਜੀ ਇਹ ਤੇ ਹੁਣ ਐਵੇਂ ਸੂਰਜ ਨੂੰ ਮੋਮਬੱਤੀ ਦਿਖਾਉਣ ਦੀ ਗੱਲ ਹਾਂ ਜੀ ਇੱਥੇ ਛੁੱਟੀਆਂ ਦੇ ਰਿਹਾ ਪਿਛਲੇ ਸਾਰੇ ਸਾਲ ਦੀ ਜਿਹੜੀ ਮਿਹਨਤ ਨੂੰ ਛੱਡ ਉਹਨੂੰ ਮੈਂ ਭੁੱਲ ਗਿਆ ਔਰ ਨਵੇਂ ਸਿਰੇ ਤੋਂ ਕੰਮ ਕਰਨ ਵਾਸਤੇ ਕਿਆ ਤੁਸੀਂ ਦੱਸਣਾ ਵਾਲਾ ਕਰੋਗੇ ਤੁਸੀਂ ਕੰਮ ਕਿਸ ਦਿਨ ਕੀਤਾ ਬਸ ਫਿਰ ਕੰਮ ਕਰਦੇ ਆ ਤਕਰੀਬਨ ਹੁਣ ਸਨ 92 ਗਿਆ ਤੇ ਸਨ 2005 ਆ ਗਿਆ ਸਾਰੀ ਜ਼ਿੰਦਗੀ ਜਿਹੜੀ ਹੈ ਮਿਹਨਤ ਮੁਸ਼ਕਲ ਚ ਕੱਟ ਛੱਡੀ ਤੇ 92 8 ਤੇ 5 ਆ ਗਿਆ ਆਗਾ ਸਾਹਿਬ ਨੂੰ ਨਾਲ ਖੜ ਕੇ ਜਾਂ ਆਗਾ ਸਾਹਿਬ ਨੂੰ ਬਗੈਰ ਜਵਾਨ 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 ਕਿਤੇ ਦੇ ਵੀ ਹੱਥ ਵੀ ਦੇ ਲਓ ਇਹ ਜੋ ਕਰਮ ਕਿਸੇ ਦਾ ਆਉਂਦਾ ਆਪਣੇ ਵੀ ਬੜੇ ਇਹ ਤੇ ਜੋਰ ਮੱਤ ਮਾਰ ਦਿੱਤੀ ਆ ਜਾਂਦਾ ਕੋਈ ਹੋ
ਸ਼ਾਂਤੀ ਸ਼ਾਂਤੀ।